ਇਸ ਹਫਤੇ ਦੀਆਂ ਇਮੀਗ੍ਰੇਸ਼ਨ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਬਰुण ਕੌਰ ਮਾਨ ਹਾਜ਼ਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਬੀਲ ਯੂਐਸਏ ਟੀਵੀ 3000 ਲੋਕਾਂ ਦਾ ਕਾਫਲਾ ਮੈਕਸੀਕੋ ਤੋਂ ਅਮਰੀਕਾ ਰਵਾਨਾ ਬੱਚੇ ਵੀ ਸ਼ਾਮਲ ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਬਦਲੇ ਨਿਯਮ ਭਾਰਤੀ ਹੋਣਗੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਡੇਰੀਅਨ ਗੈਪ ਨੂੰ ਪਾਰ ਕਰਦੇ ਹੋਏ 10 ਗੈਰ ਕਾਨੂੰਨੀ ਪ੍ਰਵਾਸੀ ਡੁੱਬੇ ਗਲੋਬਲ ਪਾਸਪੋਰਟ ਇੰਡੈਕਸ ਵਿੱਚ ਭਾਰਤ ਦਾ ਰੈਂਕ ਵਿਦਿਆ 58 ਦੇਸ਼ਾਂ 'ਚ ਮਿਲਦੀ ਹੈ ਵੀਜ਼ਾ ਫ੍ਰੀ ਐਂਟਰੀ ਟਰੰਪ ਵੱਲੋਂ ਚੋਣਾਂ ਜਿੱਤਣ ਤੋਂ ਬਾਅਦ ਸਰਹੱਦਾ ਅਸਥੀਲ ਕਰਨ ਦਾ ਐਲਾਨ ਨਿਊਜ਼ੀਲੈਂਡ ਨੇ ਪੈਰੈਂਟਰ ਰੈਜ਼ੀਡੈਂਟ ਵੀਜ਼ਾ ਦਾ ਕੀਤਾ ਐਲਾਨ ਪਾਕਤਿਆਂ ਨੂੰ ਮਿਲੇਗਾ ਵੱਡਾ ਫਾਇਦਾ ਨਾਰਵੇ ਨੇ ਅਧਕਾਰਤ ਤੌਰ ਤੇ ਯੂਗਾਂਡਾ 'ਚ ਆਪਣਾ ਦੂਤਕਰ ਕੀਤਾ ਬੰਦ ਪਾਕਿਸਤਾਨ ਸਰਕਾਰ ਦਾ ਵੱਡਾ ਫੈਸਲਾ 126 ਦੇਸ਼ਾਂ ਲਈ ਆਨਲਾਈਨ ਵੀਜ਼ਾ ਪ੍ਰਣਾਲੀ ਨੂੰ ਦਿੱਤੀ ਮਨਜ਼ੂਰੀ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਅਪਡੇਟ ਦੁਨੀਆਂ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਦੇ 3000 ਸ਼ਰਨਾਰਥੀਆਂ ਦੀ ਭੀੜ ਦੱਖਣੀ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵੱਲ ਵੱਧ ਰਹੀ ਹੈ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕਈ ਔਰਤਾਂ ਤੇ ਬੱਚੇ ਵੀ ਵਿੱਚ ਸ਼ਾਮਲ ਨੇ ਕਾਫਲੇ ਦੇ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਉਹ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਅਮਰੀਕੀ ਸਰਹੱਦ ਤੇ ਪਹੁੰਚ ਜਾਣਗੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਡੋਨਲਡ ਟਰੰਪ ਰਾਸ਼ਟਰਪਤੀ ਚੋਣ ਜਿੱਤਣ ਤੇ ਸ਼ਰਨਾਰਥੀਆਂ ਲਈ ਸਰਹੱਦ ਬੰਦ ਕਰਨ ਦੇ ਆਪਣੇ ਵਾਅਦੇ ਦੀ ਪਾਲਣਾ ਕਰਨਗੇ ਕਿਊਬਾ ਦਾ 55 ਸਾਲਾ ਪ੍ਰਵਾਸੀ 45 ਦਿਨ ਪਹਿਲਾਂ ਗੁਆਟੇਮਾਲਾ ਤੋਂ ਮੈਕਸੀਕੋ ਆਇਆ ਉਹ ਕਹਿੰਦੇ ਨੇ ਕਿ ਅਸੀਂ ਅਪਰਾਧੀ ਨਹੀਂ ਆ ਅਸੀਂ ਮਿਹਨਤੀ ਲੋਕ ਆ ਜਿਨ੍ਹਾਂ ਨੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਆਪਣਾ ਦੇਸ਼ ਛੱਡ ਦਿੱਤਾ ਕਿਉਂਕਿ ਅਸੀਂ ਆਪਣੇ ਦੇਸ਼ ਵਿੱਚ ਬਹੁਤ ਸਾਰੀਆਂ ਜ਼ਰੂਰਤਾਂ ਨਾਲ ਜੂਝ ਰਹੇ ਸੀ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ 2024 ਤੋਂ ਨਵੇਂ ਅਧਿਨ ਪਰਮਿਟਾਂ ਦੀ ਗਿਣਤੀ ਤੇ 2 ਸਾਲ ਦੀ ਸਥਾਈ ਸੀਮਾ ਲਗਾ ਦਿੱਤੀ ਹੈ 2024 ਲਈ ਕੇਵਲ 364000 ਸਟੱਡੀ ਪਰਮਿਟ ਮਨਜ਼ੂਰ ਕੀਤੇ ਜਾਣਗੇ ਸਟੱਡੀ ਪਰਮਿਟ ਕੈਪ ਲਾਗੂ ਹੋਣ ਨਾਲ ਸਰਕਾਰ ਦਾ ਫੋਕਸ ਸਰੋਤਾਂ ਦੇ ਪ੍ਰਬੰਧਨ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਬੁਨਿਆਦੀ ਢਾਂਚੇ ਦੀ ਸਾਂਭ ਸੰਭਾਲ ਵੱਲ ਵੱਧ ਜਾਏਗਾ ਇਮੀਗ੍ਰੇਸ਼ਨ ਰਿਫਿਊਜ਼ਜ਼ ਹਤੇ ਸ਼ਿਪ ਕੈਨੇਡਾ ਨੇ ਇਸ ਕਦਮ ਦਾ ਉਦੇਸ਼ ਆਉਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਨੂੰ ਕੈਨੇਡੀਅਨ ਸੰਸਥਾਵਾਂ ਦੀ ਸਮਰੱਥਾ ਨਾਲ संतुलित करना है ताकि ਸਾਰਿਆਂ ਲਈ ਵਧੀਆ ਵਿਦਿਅਕ అనుభవ ਯਕੀਨੀ ਬਣਾਇਆ ਜਾ ਸਕੇ ਕੈਨੇਡਾ ਸਰਕਾਰ ਨੂੰ 2024 ਦੇ ਵਿੱਚ 6 ਲੱਖ 6000 ਸਟੱਡੀ ਪਰਮਿਟ ਅਰਜ਼ੀਆਂ حاصل ਹੋਣ ਦੀ ਉਮੀਦ ਹੈ 60 ਫੀਸਦੀ ਦੀ ਦੇਸ਼ ਵਿਆਪੀ ਸਵੀਕ੍ਰਿਤੀ ਦਰ ਨਾਲ ਇਹਨਾਂ ਵਿੱਚੋਂ ਕੇਵਲ 364000 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਜਾਏਗੀ 2024 ਵਿੱਚ ਸਮਾਪਤ ਹੋਣ ਵਾਲੇ ਅਧਿਨ ਪਰਮਿਟਾਂ ਦੀ ਸੰਖਿਆ ਅਸਲ ਸਟੱਡੀ ਪਰਮਿਟ ਕੈਪ ਨੂੰ ਨਿਰਧਾਰਤ ਕਰੇਗੀ ਮਤਲਬ ਹੈ ਕਿ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਲਗਭਗ ਓ ਵਿਦਿਆਰਥੀਆਂ ਦੀ ਕੁੱਲ ਸੰਖਿਆ ਦੇ ਬਰਾਬਰ ਹੋਏਗੀ ਜਿਨ੍ਹਾਂ ਨੇ ਪਰਮਿਟ ਉਸੇ ਸਾਲ ਵਿੱਚ ਖਤਮ ਹੋ ਰਹੇ ਨੇ ਅਧਿਨ ਵੀਜ਼ਾ ਸੀਮਾ ਤੋਂ ਇਲਾਵਾ IRCC ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਯੋਗਤਾ ਮਾਪਦੰਡ ਅਤੇ GIC ਲੋੜਾਂ ਨੂੰ ਵੀ ਬਦਲ ਦਿੱਤਾ ਹੈ ਕੈਨੇਡੀਅਨ ਸਰਕਾਰ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟਾਂ ਲਈ ਯੋਗਤਾ ਨਿਯਮ ਦੇ ਵਿੱਚ ਵੀ ਤਬਦੀਲੀ ਕੀਤੀ ਹੈ ਇਸ ਕਾਰਨ ਕਈ ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀ ਜਲਦੀ ਹੀ ਵਰਕ ਪਰਮਿਟ ਲੈਣ ਦੇ ਯੋਗ ਹੋ ਜਾਣਗੇ ਇਹਨਾਂ ਤਬਦੀਲੀਆਂ ਦੇ ਤਹਿਤ ਕੇਵਲ ਮਾਸਟਰ ਡਾਕਟੋਰੇਟ ਜਾਂ ਪੇਸ਼ੇਵਰ ਡਿਗਰੀ ਪ੍ਰੋਗਰਾਮਾਂ ਚ ਦਾਖਲ ਹੋਏ ਵਿਦਿਆਰਥੀਆਂ ਦੇ ਜੀਵਨ ਸਾਥੀ ਹੀ ਓਪਨ ਵਰਕ ਪਰਮਿਟ ਦੇ ਲਈ ਯੋਗ ਹੋਣਗੇ। ਇਨਾਂ ਹੀ ਨਈ 1 ਜਨਵਰੀ 2024 ਤੋਂ ਕੈਨੇਡੀਅਨ ਸਟੱਡੀ ਪਰਮਿਟ ਲਈ ਅਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਦੀ ਲੋੜ ਦੁੱਗਣੀ ਹੋ ਜਾਏਗੀ। ਇਨਾਂ ਤਬਦੀਲੀਆਂ ਤੇ ਆਈਆਰ ਸੀਸੀ ਦੀ ਦਲੀਲ ਇਹ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਨੇ ਕੈਨੇਡਾ ਦੇ ਬੁਨਿਆਦੀ ਢਾਂਚੇ ਜਿਸ ਦੇ ਵਿੱਚ ਰਿਹਾਇਸ਼ ਅਤੇ ਸਿਹਤ ਸੰਭਾਲ ਵਾਲਵੀ ਸ਼ਾਮਲ ਹੈ ਤੇ ਮਹੱਤਵਪੂਰਨ ਦਬਾਅ ਪਾਇਆ ਹੈ ਕੁਝ ਸੰਸਥਾਵਾਂ ਖਾਸ ਕਰਕੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਵੀ ਸਿੱਖਿਆ ਦੀ ਗੁਣਵੱਤਾ ਬਾਰੇ ਵੀ ਚਿੰਤਾਵਾਂ ਨੇ ਇਹਨਾਂ ਤਬਦੀਲੀਆਂ ਦਾ ਉਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੀ ਵਿਕਾਸ ਦਰ ਨੂੰ ਹੌਲੀ ਕਰਨਾ ਹੈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਅਤੇ ਯਕੀਨੀ ਬਣਾਉਣਾ ਹੈ ਕਿ ਵਿਦਿਅਕ ਪੇਸ਼ਕਸ਼ ਉੱਚ ਗੁਣਵੱਤਾ ਵਾਲੀ ਬਣੀ ਰਹੇ ਇਹਨਾਂ ਤਬਦੀਲੀਆਂ ਦਾ ਸਿੱਧਾ ਅਸਰ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਵੀ ਪਵੇਗਾ ਇਸ ਨਾਲ ਪੜ੍ਹਾਈ ਅਤੇ ਕੰਮ ਕਰਨ ਦੇ ਲਈ ਭਾਰਤੀਆਂ ਦਾ ਕੈਨੇਡਾ ਵਿੱਚ ਭਰੋਸਾ ਘਟੇਗਾ ਕੈਨੇਡਾ ਵਿੱਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਭਾਰਤੀ ਨੇ ਸਟੱਡੀ ਪਰਮਿਟ ਨੀਤੀਆਂ ਦੇ ਵਧੇ ਹੋਏ ਵਿੱਤੀ ਅਤੇ ਪ੍ਰਤੀਯੋਗੀ ਦਬਾਅ ਭਾਰਤ ਤੋਂ ਅਰਜ਼ੀਆਂ ਵਿੱਚ ਮਹੱਤਵਪੂਰਨ ਗਿਰਾਵਟ ਦਾ ਕਾਰਨ ਬਣ ਸਕਦੇ ਨੇ ਵਿਦਿਆਰਥੀ ਘੱਟ ਪ੍ਰਬੰਧਕੀ ਮੁਸ਼ਕਲਾਂ ਵਾਲੇ ਵਿਕਲਪਕ ਦੇਸ਼ਾਂ ਦੀ ਭਾਲ ਕਰ ਸਕਦੇ ਨੇ ਲਾਤੀਨੀ ਅਮਰੀਕਾ ਦੇ ਪਨਾਮਾ ਦੇ ਵਿੱਚ ਡੇਰੀਅਨ ਗੈਪ ਨੂੰ ਪੈਦਲ ਪਾਰ ਕਰਦੇ ਸਮੇਂ 10 ਗੈਰ ਕਾਨੂੰਨੀ ਪ੍ਰਵਾਸੀ ਨਦੀ ਵਿੱਚ ਅਚਾਨਕ ਕਾਇਹਾੜ ਵਿੱਚ ਟੁੱਪ ਗਏ। ਨੈਸ਼ਨਲ ਬਾਰਡਰ ਸਰਵਿਸਿਜ਼ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਬਾਰਡਰ ਸਰਵਿਸਿਜ਼ ਦੇ ਮੁਤਾਬਕ ਜੰਤਕ ਮੰਤਰਾਲਾ ਨੂੰ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਪੀੜਤਾਂ ਦੀਆਂ ਲਾਸ਼ਾਂ ਨੂੰ ਪ੍ਰਵਾਸੀ ਤਸਕਰਾਂ ਨਾਲ ਆਪਣੇ ਸੰਬੰਧਾਂ ਨੂੰ ਲੁਕਾਉਣ ਦੇ ਲਈ ਦਫਨਾ ਦਿੱਤਾ ਗਿਆ ਸੀ। ਵਰਣਨਯੋਗ ਹੈ ਕਿ ਪੂਰਬੀ ਪਨਾਮਾ ਦੇ ਡੇਰੀਅਨ ਸੂਬੇ ਦਾ ਇਲਾਕਾ ਦਲਦਲੀ ਜੰਗਲ ਅਤੇ ਚਿੱਕੜ ਭਰੀਆਂ ਸੜਕਾਂ ਕਾਰਨ ਬੇਹੱਦ ਖਤਰੇ ਵਾਲਾ ਹੈ ਨੈਸ਼ਨਲ ਬਾਰਡਰ ਸਰਵਿਸਿਜ਼ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪਨਾਮਾ ਦੇ ਅਧਿਕਾਰੀ ਵਿਦੇਸ਼ੀ ਸੁਰੱਖਿਆ ਪ੍ਰਦਾਨ ਕਰਨ ਲਈ ਸਥਾਪਤ ਇੱਕ ਵਿਕਲਪਕ ਮਾਨਵਤਾਵਾਦੀ ਗਲਿਆਰੇ ਰਾਹੀਂ ਪ੍ਰਵਾਸੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁਝ ਪ੍ਰਵਾਸੀ ਵਿਦੇਸ਼ੀ ਖਤਰਨਾਕ ਰਾਹ ਚੁਣਦੇ ਨੇ ਨੈਸ਼ਨਲ ਮਾਈਗ੍ਰੇਸ਼ਨ ਸਰਵਿਸ ਅੰਕੜਿਆਂ ਦੇ ਮੁਤਾਬਕ 216000 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੇ ਇਸ ਸਾਲ ਜਨਵਰੀ ਤੋਂ 22 ਜੁਲਾਈ ਦੇ ਵਿਚਕਾਰ ਅਮਰੀਕਾ ਪਹੁੰਚਣ ਦੇ ਲਈ ਮੱਧ ਅਮਰੀਕਾ ਤੇ ਮੈਕਸਿਕੋ ਵਿੱਚ ਖਤਰਨਾਕ ਯਾਤਰਾ ਕੀਤੀ ਕਿਸੇ ਦੇਸ਼ ਦੀ ਤਾਕਤ ਦਾ ਅੰਦਾਜ਼ਾ ਉਸਦੇ ਪਾਸਪੋਰਟ ਤੋਂ ਲਗਾਇਆ ਜਾ ਸਕਦਾ ਹੈ ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ ਹੁਣ ਭਾਰਤ ਦਾ ਪਾਸਪੋਰਟ ਰੈਂਕਿੰਗ ਵਿੱਚ ਵੀ ਵਾਧਾ ਹੋਇਆ ਹੈ ਬ੍ਰਿਟੇਨ ਸਥਿਤ ਹੈਨਲੇ ਪਾਸਪੋਰਟ ਇੰਡੈਕਸ ਦੀ ਰੈਂਕਿੰਗ ਦੇ ਮੁਤਾਬਕ ਇਸ ਸੂਚੀ ਦੇ ਵਿੱਚ ਭਾਰਤ ਨੂੰ 82ਵਾਂ ਥਾਂ ਮਿਲਿਆ ਹੈ ਇਹ ਰੈਂਕਿੰਗ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਤੇ ਆਧਾਰਿਤ ਹੈ ਭਾਰਤ 2022 ਦੇ ਵਿੱਚ 87ਵੇਂ ਸਥਾਨ ਤੇ ਸੀ ਜਦੋਂ ਕਿ 2023 ਦੇ ਵਿੱਚ ਭਾਰਤ ਨੂੰ 84ਵਾਂ ਥਾ ਮਿਲਿਆ ਸੀ ਭਾਰਤੀ ਪਾਸਪੋਰਟ ਤੇ 58 ਦੇਸ਼ਾਂ ਚ ਵੀਜ਼ਾ ਫ੍ਰੀ ਐਂਟਰੀ ਹੈ ਸਿੰਗapore ਪਾਸਪੋਰਟ ਵਾਲੇ ਲੋਕ 195 ਦੇਸ਼ਾਂ 'ਚ ਵੀਜ਼ਾ ਮੁਕਤ ਦਾਖਲ ਹੋ ਸਕਦੇ ਨੇ ਸਿੰਗਾਪੁਰ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ ਦੂਜੇ ਥਾਂ ਤੇ ਫਰਾਂਸ ਜਰਮਨੀ ਇਟਲੀ ਜਾਪਾਨ ਸਪੇਨ ਦੇ ਪਾਸਪੋਰਟ ਨੇ ਜੋ ਕਿ 192 ਦੇਸ਼ਾਂ ਤੇ ਪਰਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਦਾਖਲੇ ਦੀ ਸਹੂਲਤ ਪ੍ਰਦਾਨ ਕਰਦੇ ਨੇ ਆਸਟਰੀਆ ਫਿਨਲੈਂਡ ਆਇਰਲੈਂਡ ਲਕਸਮਬਰਗ ਨੀਦਰਲੈਂਡ ਦੱਖਣੀ ਕੋਰੀਆ ਅਤੇ ਸਵੀਡਨ ਤੀਜੇ ਨੰਬਰ ਤੇ ਨੇ ਹਰੇਕ ਨੂੰ 191 ਦੇਸ਼ਾਂ ਤੱਕ ਵੀਜ਼ਾ ਮੁਕਤ ਪਹੁੰਚ ਜਾਇ ਬ੍ਰਿਟੇਨ ਵੈਲਜੀਅਮ ਡੈਨਮਾਰਕ ਨਿਊਜ਼ੀਲੈਂਡ ਨਾਰਵੇ ਸਵਿਟਜ਼ਰਲੈਂਡ ਚੌਥੇ ਨੰਬਰ ਤੇ ਨੇ ਇਸ ਦੇ ਨਾਲ ਹੀ ਅਮਰੀਕਾ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸੂਚਕਾਂਕ ਵਿੱਚ ਗਰਾਵਟ ਜਾਰੀ ਰੱਖ ਰਿਹਾ ਹੈ ਇਸ ਤੋਂ ਇਲਾਵਾ ਆਸਟ੍ਰੇਲੀਆ ਛੇਵੇਂ ਅਤੇ ਅਮਰੀਕਾ ਅੱਠਵੇਂ ਨੰਬਰ ਤੇ ਨੇ ਜੇਕਰ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਗਲੋਬਲ ਰੈਂਕਿੰਗ ਦੀ ਸੂਚੀ ਵਿੱਚ 100ਵੇਂ ਥਾਂ ਤੇ ਹੈ ਪਾਕਿਸਤਾਨੀ ਪਾਸਪੋਰਟ ਰਾਹੀਂ ਕੇਵਲ 33 ਦੇਸ਼ਾਂ ਵਿੱਚ ਵੀਜ਼ਾ ਮੁਕਤ ਦਾਖਲਾ ਕੀਤਾ ਜਾ ਸਕਦਾ ਹੈ ਨਾਲ ਹੀ 2023 ਦੇ ਵਿੱਚ ਕੋਈ ਵੀਜ਼ਾ ਬਿਨਾ ਪਾਕਿਸਤਾਨੀ ਪਾਸਪੋਰਟ ਦੇ ਕੇਵਲ 32 ਦੇਸ਼ਾਂ ਦਾ ਦੌਰਾ ਕਰ ਸਕਦੇ ਸੀ ਪਰ ਹੁਣ ਕੋਈ ਵੀ 33 ਦੇਸ਼ਾਂ ਦਾ ਦੌਰਾ ਕਰ ਸਕਦੇ ਨੇ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਗੱਲ ਅਮਰੀਕਾ ਦੀ ਕਰ ਰਹੇ ਹਾਂ ਦੁਨੀਆ ਭਰ ਦੀਆਂ ਨਿਗਾਹਾਂ ਅਮਰੀਕਾ ਦੀ ਰਾਸ਼ਟਰਪਤੀ ਚੋਣ ਲਈ ਖੜੇ ਉਮੀਦਵਾਰਾਂ ਤੇ ਲੱਗੀਆਂ ਹੋਈਆਂ ਨੇ ਰਿਪਬਲਿਕਨ ਪਾਰਟੀ ਵੱਲੋਂ ਡੋਨਲਡ 트੍ਰੰਪ ਨੂੰ ਪਾਰਟੀ ਦੀ ਹਮਾਇਤ ਹਾਸਲ ਹੋ ਚੁੱਕੀ ਹੈ ਜਦੋਂ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਕਮਲਾ ਹੈਰਿਸ ਦਾ ਨਾਮ ਸਾਹਮਣੇ ਆਇਆ ਹੈ ਜੀ ਹਾਂ ਇਸ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੀ ਨਵੀਂ ਗੱਲ ਕਹੀ ਹੈ ਅਸਲ ਦੇ ਵਿੱਚ ਜੋ ਬਾਈਡਨ ਨੇ ਆਪਣੇ ਕਾਰਜਕਾਲ ਦੇ ਦੌਰਾਨ ਮੈਕਸੀਕੋ ਅਮਰੀਕੀ ਬਾਰਡਰ ਤੋਂ ਪ੍ਰਵਾਸੀਆਂ ਨੂੰ ਆਉਣ ਦੀ ਪੂਰੀ ਖੁੱਲ ਦੇ ਦਿੱਤੀ ਸੀ ਪਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਐਲਾਨ ਕੀਤਾ ਹੈ ਕਿ ਜੇ ਮੈਂ ਜਿੱਤਦਾ ਹਾਂ ਤਾਂ ਅਮਰੀਕਾ ਦੇ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਜਾਣਗੇ ਇਸ ਐਲਾਨ ਤੋਂ ਬਾਅਦ ਅਮਰੀਕਾ ਆਉਣ ਦੀ ਤਾੰਗ ਵਿੱਚ ਬੈਠੇ ਲੋਕਾਂ 'ਚ ਹਫੜਾ ਦਫੜੀ ਮਚ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਟਰੰਪ ਜਿੱਤ ਗਏ ਤਾਂ ਅਸੀਂ ਕਦੇ ਵੀ ਅਮਰੀਕਾ ਦਾਖਲ ਨਹੀਂ ਹੋ ਸਕਾਂਗੇ ਇਸ ਕਰਕੇ ਮੈਕਸੀਕੋ ਤੋਂ ਲੋਕਾਂ ਨੇ ਪੈਦਲ ਹੀ ਅਮਰੀਕਾ ਦੇ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਜੀਹਾਂ ਰਿਪੋਰਟਾਂ ਦੇ ਹਿਸਾਬ ਦੇ ਨਾਲ ਲੋਕ ਚਾਹੁੰਦੇ ਨੇ ਕਿ ਨਵੰਬਰ ਚੋਣਾਂ ਤੋਂ ਪਹਿਲਾਂ ਪਹਿਲਾਂ ਉਹ ਅਮਰੀਕਾ 'ਚ ਦਾਖਲ ਹੋ ਜਾਣ ਇਨ੍ਹਾਂ ਪ੍ਰਵਾਸੀਆਂ ਦੇ ਵਿੱਚ ਅਮਰੀਕਾ ਦੀ ਦੱਖਣੀ ਸਰਹੱਦ ਤੋਂ ਪਿਛਲੇ ਕੁਝ ਦਿਨਾਂ ਤੋਂ ਭਾਰੀ ਗਿਣਤੀ ਵਿੱਚ ਆਮਦ ਸ਼ੁਰੂ ਹੋ ਚੁੱਕੀ ਹੈ ਨਿਊਜ਼ੀਲੈਂਡ ਨੇ ਵੀਜ਼ਾ ਸੰਬੰਧੀ ਅਹਿਮ ਐਲਾਨ ਕੀਤਾ ਜਿਸ ਨਾਲ ਭਾਰਤੀਆਂ ਨੂੰ ਵੱਡਾ ਫਾਇਦਾ ਹੋਏਗਾ ਦਾ ਪੈਰੈਂਟ ਰੈਜ਼ੀਡੈਂਟ ਵੀਜ਼ਾ ਤਹਿਤ ਨਿਊਜ਼ੀਲੈਂਡ ਵਾਸੀ ਹੁਣ ਆਪਣੇ ਮਾਤਾ ਪਿਤਾ ਨੂੰ ਪੱਕੇ ਤੌਰ ਤੇ ਆਪਣੇ ਕੋਲ ਰੱਖ ਸਕਣਗੇ ਵੀਜ਼ਾ ਨਿਯਮ ਦੱਸਦੇ ਨੇ ਕਿ ਨਿਊਜ਼ੀਲੈਂਡ ਦੇ ਨਾਗਰਿਕ ਜਾਂ ਨਿਵਾਸੀ ਬੱਚੇ ਨਾਲ ਸਥਾਈ ਤੌਰ ਤੇ ਰਹਿ ਸਕਦੇ ਨੇ ਬਸ਼ਰਤੇ ਉਹ ਕਾਫੀ ਪੈਸਾ ਕਮਾਉਣ ਅਤੇ ਤੁਹਾਡੇ ਨਾਲ ਰਹਿਣ ਦੇ ਲਈ ਸਹਿਮਤ ਹੋਣ ਪੈਰੈਂਟ ਰੈਜ਼ੀਡੈਂਟ ਵੀਜ਼ਾ ਲਈ ਪ੍ਰਕਿਰਿਆ ਦੇ ਵਿੱਚ ਐਕਸਪ੍ਰੈਸ਼ਨਜ਼ ਆਫ ਇੰਟਰਸਟ ਮਤਲਬ ਦਿਲਚਸਪੀ ਦਾ ਪ੍ਰਗਟਾਵਾ ਪੇਸ਼ ਕਰਨਾ ਸ਼ਾਮਲ ਹੈ ਜੇਕਰ ਇਹ ਲੋੜਾਂ ਨੂੰ ਪੂਰਾ ਕਰਦਾ ਹੈ ਤਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵੱਲੋਂ ਅਪਲਾਈ ਕਰਨ ਲਈ ਸੱਦਾ ਜਾਰੀ ਕੀਤਾ ਜਾਂਦਾ ਹੈ ਆਈਟੀਆ ਯੋਗ ਵਿਅਕਤੀ 4 ਮਹੀਨਿਆਂ ਦੇ ਅੰਦਰ ਨਿਵਾਸ ਦੇ ਲਈ ਅਰਜ਼ੀ ਦੇ ਸਕਦੇ ਨੇ ਪੈਰੈਂਟ ਰੈਜ਼ੀਡੈਂਟ ਵੀਜ਼ਾ ਦੀ ਲਾਗਤ 3180 ਨਿਊਜ਼ੀਲੈਂਡ ਡਾਲਰ ਤੋਂ ਸ਼ੁਰੂ ਹੁੰਦੀ ਹੈ ਨਿਊਜ਼ੀਲੈਂਡ ਦੇ ਵਿੱਚ ਭਾਰਤ ਦੇ 2 ਲੱਖ ਤੋਂ ਵੱਧ ਲੋਕ ਰਹਿੰਦੇ ਨੇ ਇਸ ਦੇ ਲਈ ਭਾਰਤੀਆਂ ਨੂੰ ਇਸ ਦਾ ਸਿੱਧਾ ਫਾਇਦਾ ਹੋਏਗਾ फाइनेंशियल एक्सप्रेस ਦੇ ਮੁਤਾਬਕ आईएनजेड ਉਹਨਾਂ ਲੋਕਾਂ ਤੋਂ ਹਰ ਸਾਲ ਵੱਧ ਤੋਂ ਵੱਧ 2000 ਵੀਜ਼ਾ ਨੂੰ ਮਨਜ਼ੂਰੀ ਦੇ ਸਕਦਾ ਹੈ ਜਿਨ੍ਹਾਂ ਨੇ 10 ਅਕਤੂਬਰ 2022 ਨੂੰ ਚੋਣ ਮੋੜ ਸ਼ੁਰੂ ਹੋਣ ਦੀ ਘੋਸ਼ਣਾ ਤੋਂ ਪਹਿਲਾਂ ইਓਆਈ ਜਮ੍ਹਾਂ ਕਰਵਾਏ ਸਨ 10 ਅਕਤੂਬਰ 2022 ਨੂੰ ਜਾਂ ਤਾਂ ਇਸ ਤੋਂ ਬਾਅਦ ইਓਆਈ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ ਇੱਕ ਸਾਲ ਚ ਵੱਧ ਤੋਂ ਵੱਧ 500 ਵੀਜ਼ੇ ਦਿੱਤੇ ਜਾ ਸਕਦੇ ਨੇ ਇਹ EOI ਡਰਾਅ ਰਾਹੀਂ ਚੁਣੇ ਜਾਂਦੇ ਨੇ ਜੇਕਰ ਕਿਸੇ ਨੇ 12 ਅਕਤੂਬਰ ਤੋਂ ਪਹਿਲਾਂ ਪੈਰੈਂਟ ਰੈਜ਼ੀਡੈਂਟ ਵੀਜ਼ਾ ਤਹਿਤ EOI ਜਮ੍ਹਾਂ ਕਰਵਾਇਆ ਤਾਂ ਇਸ ਨੂੰ ਵਾਪਸ ਲਿਆ ਜਾ ਸਕਦਾ ਹੈ ਜਾਂ ਅਪਡੇਟ ਕੀਤਾ ਜਾ ਸਕਦਾ ਹੈ ਪੈਰੈਂਟ ਰੈਜ਼ੀਡੈਂਟ ਵੀਜ਼ਾ 12 ਅਕਤੂਬਰ 2022 ਨੂੰ ਸਪੌਂਸਰਸ ਦੇ ਲਈ ਵੱਖ-ਵੱਖ ਲੋੜਾਂ ਦੇ ਨਾਲ ਮੁਰਖ ਖੁੱਲਦਾ ਹੈ ਬਿਨੇ ਕਾਰਨ ਹੁਣ ਔਸਤ ਨਿਊਜ਼ੀਲੈਂਡ ਦੀ ਤਨਖਾਹ ਦਾ 1.5 ਗੁਣਾ ਕਮਾਉਣ ਦੀ ਲੋੜ ਹੋਏਗੀ ਹੁਣ ਨਾ ਕੇਵਲ ਇੱਕ ਬਾਲਗ ਬੱਚਾ ਤੇ ਉਸ ਦਾ ਸਾਥੀ ਸਗੋਂ ਦੋ ਬਾਲਗ ਬੱਚੇ ਵੀ ਸਾਂਝੇ ਤੌਰ ਤੇ ਕਮਾਤਾ ਪਿਤਾ ਨੂੰ ਨਾਲ ਰੱਖ ਸਕਦੇ ਨੇ ਪੈਰੈਂਟ ਰੈਜ਼ੀਡੈਂਟ ਵੀਜ਼ਾ ਲਈ ਹੋਰ ਲੋੜਾਂ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ ਹੈ ਪੈਰੈਂਟ ਰੈਜ਼ੀਡੈਂਟ ਵੀਜ਼ਾ ਲਈ ਅਪਲਾਈ ਕਰਨ ਦੇ ਲਈ ਤੁਹਾਨੂੰ ਪਹਿਲਾਂ ਦਿਲਚਸਪੀ ਦਾ ਪ੍ਰਗਟਾਵਾ ਜਮ੍ਹਾਂ ਕਰਨਾ ਪਏਗਾ ਨਾਰਵੇ ਨੇ ਪੂਰਬੀ ਅਫਰੀਕੀ ਦੇਸ਼ ਵਿੱਚ 19 ਸਾਲਾਂ ਦੀ ਕੂਟਨੀਤਿਕ ਮੌਜੂਦਗੀ ਦੇ ਅੰਤ ਤੇ ਯੂਗਾਂਡਾ ਵਿੱਚ ਆਪਣਾ ਦੂਤਕਰ ਅਧਿਕਾਰਤ ਤੌਰ ਤੇ ਬੰਦ ਕਰ ਦਿੱਤਾ। ਦੂਤਕਰ ਨੇ ਆਪਣੇ ਅਧਿਕਾਰਤ ਹੈਂਡਲ ਐਕਸ ਤੇ ਸ਼ੁੱਕਰਵਾਰ ਨੂੰ ਇੱਕ ਪੋਸਟ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀਗਾ ਕਿ ਦੇਸ਼ ਦੇ ਝੰਡੇ ਨੂੰ ਪਹਿਲਾਂ ਨਿਵਾ ਕੀਤਾ ਗਿਆ ਸੀ। ਦੂਤਕਰ ਨੇ ਪੋਸਟ ਕੀਤਾ ਇਹ ਮਿਸ਼ਰਤ ਭਾਵਨਾਵਾਂ ਦੇ ਨਾਲ ਹੈ ਕਿਉਂਕਿ ਅਸੀਂ ਆਖਰੀ ਵਾਰ ਨਾਰਵੇ ਦੇ ਝੰਡੇ ਨੂੰ ਹੇਠਾਂ ਕੀਤਾ ਹੈ। ਦੂਤਕਰ ਹੁਣ ਬੰਦ ਹੈ ਪਰ ਨਾਰਵੇ ਯੂਗਾਂਡਾ ਵਿੱਚ ਰੁਚੀਆ ਹੋਇਆ ਹੈ। ਚੰਡਾ ਯੂਗਾਂਡਾ ਵਿੱਚ ਨਾਰਵੇ ਦੇ ਰਾਜਦੂਤ ਕ੍ਰਿਸਟੀਨ ਹਰਮਨਸਨ ਨੂੰ ਸੌਂਪਿਆ ਗਿਆ ਦੂਤਕਰ ਮਤਾਬਕ ਝੰਡਾ 2005 ਵਿੱਚ ਯੂਗਾਂਡਾ ਵਿੱਚ ਝੁਕਿਆ ਗਿਆ ਸੀ ਪਾਕਿਸਤਾਨ ਨੇ 126 ਦੇਸ਼ਾਂ ਦੇ ਲਈ ਆਪਣੀਆਂ ਨੀਤੀਆਂ ਵਿੱਚ ਵੱਡੇ ਬਦਲਾਅ ਕਰਨ ਦਾ ਫੈਸਲਾ ਕੀਤਾ ਪਾਕਿਸਤਾਨ ਸਰਕਾਰ ਨੇ 126 ਦੇਸ਼ਾਂ ਦੇ ਲਈ ਵੀਜ਼ਾ ਬਿਲਕੁਲ ਫ੍ਰੀ ਕਰ ਦਿੱਤਾ ਹੈ ਇਸ ਤੇ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ ਤੇ 24 ਘੰਟਿਆਂ ਦੇ ਅੰਦਰ ਹੀ ਵੀਜ਼ਾ ਪ੍ਰੋਵਾਈਡ ਹੋ ਜਾਣਗੇ ਪਾਕਿਸਤਾਨ ਦੇ ਸ਼ਹਬਾਜ਼ ਸ਼ਰੀਫ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਮਕਸਦ ਦੇਸ਼ ਵਿੱਚ ਟੂਰਿਜ਼ਮ ਨੂੰ ਵਧਾਵਾ ਦੇਣ ਤੇ ਦੂਜੇ ਦੇਸ਼ ਦੀ ਇਨਵੈਸਟਮੈਂਟ ਵਧਾਉਣਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ 24 ਜੁਲਾਈ ਨੂੰ ਮੀਟਿੰਗ ਦੇ ਵਿੱਚ ਇਹ ਫੈਸਲਾ ਆ ਲਿਆ ਗਿਆ ਕਿ ਇਸ ਤਰ੍ਹਾਂ ਦੇਸ਼ ਵਿੱਚ ਬਿਜ਼ਨਸਮੈਨ ਇਨਵੈਸਟਰ ਟੂਰਿਸਟ ਤੇ ਟਰੈਵਲਰਸ ਦੀ ਗਿਣਤੀ ਵਧੇਗੀ ਨਾਲ ਹੀ ਦੂਜੇ ਦੇਸ਼ਾਂ ਦੇ ਲਈ ਪਾਕਿਸਤਾਨ ਦੇ ਵਿੱਚ ਬਿਜ਼ਨਸ ਕਰਨਾ ਵੀ ਸੌਖਾ ਹੋ ਜਾਏਗਾ ਇਸ ਦੇ ਨਾਲ ਹੀ ਸਰਕਾਰ ਨੇ ਆਨਲਾਈਨ ਵੀਜ਼ਾ ਅਪਲਾਈ ਕਰਨ ਦੇ ਲਈ ਆਨਲਾਈਨ ਸਿਸਟਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇਸ ਤਰ੍ਹਾਂ ਇਹਨਾਂ ਦੇਸ਼ਾਂ ਦੇ ਨਾਗਰਿਕ ਬਿਜ਼ਨਸ ਕਰ ਸਕਣਗੇ 24 ਘੰਟਿਆਂ ਦੇ ਅੰਦਰ ਇਹਨਾਂ 126 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਕਿਸੇ ਫੀਸ ਦੇ ਹੀ ਵਪਾਰ ਤੇ ਟੂਰਿਸਟ ਵੀਜ਼ਾ ਮਿਲ ਜਾਏਗਾ ਇਨੀਆਂ ਯਾਤਰੀਆਂ ਨੂੰ ਗਵਾਦਰ ਪੋਰਟ ਤੇ ਦੇਸ਼ ਦੇ ਨੌਂ 에어ਪੋਰਟ ਤੇ ਈ ਦੀ ਸੁਵਿਧਾ ਵੀ ਮਿਲੇਗੀ ਦੱਸ ਦਈਏ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜਾਰੀ ਨੋਟਿਸ ਦੇ ਵਿੱਚ ਪੀਐਮ ਸ਼ਹਿਵਾਜ਼ ਸ਼ਰੀਫ ਦੇ ਹਵਾਲੇ ਤੋਂ ਕਿਹਾ ਗਿਆ ਕਿ ਵੀਜ਼ਾ ਦੀ ਫੀਸ ਵਿੱਚ ਛੋਟ ਦੀ ਪਰਪਾਈ ਟੂਰਿਜ਼ਮ ਤੇ ਦੂਜੇ ਦੇਸ਼ਾਂ ਦੀ ਇਨਵੈਸਟਮੈਂਟ ਨਾਲ ਹੀ ਮਿਲਣ ਵਾਲੇ ਫੋਰਨ ਐਕਸਚੇਂਜ ਨਾਲ ਕੀਤੀ ਜਾਏਗੀ ਸਰਕਾਰ ਦੇ ਸਪੈਸ਼ਲਿ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਮਿਲੇਗਾ ਕਿਉਂਕਿ ਉਹ ਯਾਤਰਾ ਤੋਂ ਕੇਵਲ ਇੱਕ ਜਾਂ ਦੋ ਦਿਨ ਪਹਿਲਾਂ ਹੀ ਵੀਜ਼ਾ ਅਪਲਾਈ ਕਰ ਸਕਦੇ ਨੇ ਤੇ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਵੀਜ਼ਾ ਮਿਲ ਜਾਏਗਾ ਇਸਤੋਂ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਨਾਲ ਜੁੜੀਆਂ ਕੁਝ ਅਪਡੇਟਸ ਬਰुण ਕੋਰਮਨ ਦਿਵਾਕਿਆ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਏ ਟੀਵੀ ਸਬਸਕ੍ਰਾਈਬ ਕਰਦੇ ਹੋ ਜੀ ਸ਼ੁਕਰੀਆ ਸਾਸਤ੍ਰੀਕਾਲ